ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਜਦਕਿ ਇੱਕ ਹੋਰ ਰਾਹਗੀਰ ਦੇ ਵੀ ਗੋਲੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਲਾਸ਼ ਸਤਲੁਜ ਦੇ ਕਿਨਾਰੇ ਤੋਂ ਮਿਲੀ ਹੈ ਤੇ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ, ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉਹਨਾਂ ਦੇ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਫਿਰੋਜ਼ਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਦੋ ਗੁੱਟਾਂ ਵਿਚਾਲੇ ਪਹਿਲਾਂ ਵੀ ਵਿਵਾਦ ਸੀ, ਜਿਸ ਦੇ ਵਿੱਚੋਂ ਇੱਕ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਤੇ ਲਾਸ਼ ਸਤਲੁਜ ਦਰਿਆ ਦੇ ਬੰਨ ਤੋਂ ਬਰਾਮਦ ਹੋਈ ਹੈ। ਕੋਲ ਹੀ ਬਾਈਕ ਵੀ ਡਿੱਗਾ ਪਿਆ ਸੀ। ਇੱਕ ਰਾਹਗੀਰ ਦੇ ਵੀ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਹਾਲਾਂਕਿ ਗੋਲੀਆਂ ਚਲਾਉਣ ਵਾਲੇ ਪੁਲਿਸ ਦੀ ਪਕੜ ਤੋਂ ਹਾਲੇ ਦੂਰ ਨੇ। ਫਿਰੋਜ਼ਪੁਰ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਇੱਕ ਵਾਰ ਫਿਰ ਫਿਰੋਜ਼ਪੁਰ ਦੇ ਵਿੱਚ ਗੋਲੀਆਂ ਚੱਲੀਆਂ ਨੇ, ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦੋ ਗੁੱਟਾਂ ਦੇ ਵਿੱਚ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿਸ ਦੇ ਵਿੱਚੋਂ ਇੱਕ ਦਾ ਕਤਲ ਕਰ ਦਿੱਤਾ ਗਿਆ। ਮਾਪਿਆਂ ਦਾ ਜਵਾਨ ਪੁੱਤ ਸੀ ਤੇ ਇਹੀ ਨਹੀਂ, ਜਿੱਥੇ ਇਹ ਲਾਸ਼ ਬਰਾਮਦ ਹੋਈ ਆ ਉਸ ਦੇ ਕੋਲੋਂ ਇੱਕ ਮੈਗਜ਼ੀਨ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਸਭ ਕੁਝ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ। ਪਰ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਡੈੱਡ ਬਾਡੀ ਸਤਲੁਜ ਦੇ ਬੰਨ ਨੇੜੇ ਬਰਾਮਦ ਹੋਈ ਹੈ ਤੇ ਉਸਦਾ ਬਾਈਕ ਵੀ ਉੱਥੇ ਹੀ ਡਿੱਗਿਆ ਪਿਆ ਸੀ। ਪਰਿਵਾਰ ਰੋ ਰਿਹਾ ਹੈ, ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ। ਕਾਰਨ ਭਾਜੀ ਹੁਣ ਮੈਨੂੰ ਤਾਂ ਪਤਾ ਨਹੀਂ, ਵੀ ਪੁਲਿਸ ਵਾਲਾ ਨਹੀਂ ਆ ਕੇ ਸਾਨੂੰ ਤਾਂ ਦੱਸਿਆ ਭਾਜੀ ਵੀ ਕੱਲ ਦਾ ਗਿਆ ਦੁਪਹਿਰ ਦਾ ਘਰੋਂ, ਉਸ ਤੋਂ ਬਾਅਦ ਘਰੇ ਨਹੀਂ ਆਇਆ ਹੈਗਾ ਉਹ, ਤੇ ਉਹ ਤਾਂ ਮਾਰਿਆ ਕੁੱਟਿਆ ਉੱਥੇ ਇੰਨੀ ਬੁਰੀ ਤਰ੍ਹਾਂ ਪਿਆ ਸੀਗਾ ਵੀ ਫੋਟੋ 'ਚ ਤਾਂ ਪਛਾਣ 'ਚ ਨਹੀਂ ਆ। ਉਹਦਾ ਬਾਈਕ ਕੋਲੇ ਸੀਗਾ, ਬਾਈਕ ਡੈਡੀ ਦੇ ਨਾਮ 'ਤੇ ਸੀ, ਉਸ ਤੋਂ ਲੱਭਦੇ ਪੁਲਿਸ ਘਰੇ ਆਈ ਤੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ, ਸਾਨੂੰ ਪਤਾ ਲੱਗਿਆ ਜੀ। ਕਿਹੜੇ ਪਿੰਡ ਦਾ ਰਹਿਣ ਵਾਲਾ? ਤੇ ਫਿਰੋਜ਼ਪੁਰ ਹੈ ਜੀ, ਸ਼ਹਿਰ 'ਚ ਜੀ, ਬਸਤੀ ਗੋਲਬਾਗ ਜੀ। ਕੋਈ ਕਿਸੇ ਨਾਲ ਪੁਰਾਣੀ ਰੰਜਿਸ਼ ਜਾਂ ਕੁਛ ਹੈ? ਰੰਜਿਸ਼ ਇਸ ਤਰ੍ਹਾਂ ਜੀ, ਉਹ ਕੋਈ ਮੁੰਡਾ ਹੈਗਾ ਪਾਲੀ ਹੈਗਾ ਉੱਤੇ ਬਾਗਲੀ ਬਸਤੀ ਦਾ ਕਹਿੰਦੇ ਆ ਉਹਨੂੰ, ਉਹਦੇ ਨਾਲ ਹੀ ਸੀਗਾ ਜੀ। ਕੋਈ ਅੱਗੇ ਵੀ ਕਹਿੰਦੇ ਉਹਨੂੰ ਇੱਕ ਦੋ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ, ਵੀ ਸਦਾ ਹੀ ਤਾਕ 'ਚ ਰਹਿੰਦਾ ਸੀ ਉਹਦੀ ਫੀਲਡਿੰਗ ਲਾਉਣ ਵਾਸਤੇ, ਸਾਨੂੰ ਤਾਂ ਜੀ ਉਹਦੇ 'ਤੇ ਹੀ ਸ਼ੱਕ ਲੱਗਦਾ ਜੀ। ਪੁਲਿਸ ਵੱਲੋਂ ਤਾਂ ਅਜੇ ਤਾਂ ਫਿਲਹਾਲ ਤਾਂ ਕੁਛ ਨਹੀਂ ਕਿਹਾ ਜਾ ਰਿਹਾ ਜੀ। ਉਹਨਾਂ ਨੇ ਜੋ ਦੱਸਿਆ ਸਾਨੂੰ ਪੁੱਛਿਆ ਜੀ, ਜੋ ਦੱਸਤਾ ਜੀ ਉਹਨਾਂ ਨੂੰ ਬਸ। ਬੇਟਾ ਮੇਰਾ ਲੱਗਦਾ ਸੀ ਕੋਈ ਲੜਾਈ ਝਗੜਾ ਤਾਂ ਕੋਈ ਨੀ ਸਾਡੀ, ਤਾਂ ਕਿਸੇ ਨਾ ਦੁਸ਼ਮਣੀ ਵੀ ਨਹੀਂ ਸੀ। ਸਾਨੂੰ ਤਾਂ ਪੁਲਿਸ ਨੇ ਜਾ ਕੇ ਦੱਸਿਆ, ਸਾਨੂੰ ਉਹਨੇ ਫੋਟੋ ਵਿਖਾਈ ਜਾ ਕੇ, ਮੈਂ ਤਾਂ ਫੋਟੋ ਵਿਛਾਉਣ ਲਈ ਆਪਦੇ ਬੱਚੇ ਦੀ, ਮੈਂ ਕਿਹਾ ਇਹ ਤਾਂ ਮੇਰਾ ਹੀ ਬੱਚਾ ਏ, ਮੈਂ ਤੇ ਜਾ ਨਿਕਲ ਗਈ ਦੁਬਾਰਾ ਸੀ ਇਹ ਤਾਂ। ਸਵੇਰੇ ਪਤਾ ਚੱਲਿਆ ਜੀ ਬੰਦੇ ਕੰਮ ਤੇ ਜਾ ਰਿਹਾ ਸੀਗੇ ਤੇ ਉਹ ਕਹਿ ਰਹੇ ਜੀ ਰਸਤੇ ਦੇ ਵਿੱਚ ਕਹਿੰਦੇ ਵੀ ਇੱਕ ਡੈੱਡ ਬੋਡੀ ਪਈ ਹੋਈ ਹੈ, ਤੇ ਮੈਂ ਫਿਰ ਜਸਪਾਲ ਜੀ ਨੂੰ ਫੋਨ ਕੀਤਾ, ASI ਸਾਹਿਬ ਥਾਣਾ ਸਦਰ ਜੀ। ਉਸ ਤੋਂ ਬਾਅਦ ਫਿਰ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਡੈੱਡ ਬੋਡੀ ਦੇ?
ਹਾਲਾਤ ਜੀ ਕੋਈ ਪਹਿਚਾਣ ਦੇ ਵਿੱਚ ਨਹੀਂ, ਕਿਸੇ ਤਰ੍ਹਾਂ ਦਾ ਪਤਾ ਨਹੀਂ ਜੀ ਮਰਡਰ ਹੋਇਆ ਜਾਂ ਕੀ ਹੈ, ਅਜੇ ਤਾਂ ਹੁਣ ਆਪਣੇ ਸਾਹਿਬ ਵੈਰੀਫਿਕੇਸ਼ਨ ਕਰਨਗੇ ਉਸ ਤੋਂ ਬਾਅਦ ਹੀ ਪਤਾ ਚੱਲੇਗਾ। ਮੋਟਰਸਾਈਕਲ ਵੀ ਨਾਲ ਪਿਆ ਸੀਗਾ? ਹਾਂਜੀ ਮੋਟਰਸਾਈਕਲ ਵੀ ਨਾਲ ਹੀ ਸੀ। ਸਾਡਾ ਸੁਬਹਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਆ ਸੈਨੀਵਾਲ ਦੇ ਕੁੰਡੇ ਦੇ ਵਿੱਚ ਕੋਈ ਡੈੱਡ ਬੋਡੀ ਪਈ ਆ, ਅਤੇ ਅਸੀਂ ਪਹੁੰਚੇ ਹਾਂ ਫਿਲਹਾਲ, ਅਜੇ ਕੋਈ ਇਹਦੀ ਸ਼ਨਾਖਤ ਨਹੀਂ ਹੋਈ, ਅਜੇ ਇਨਵੈਸਟੀਗੇਸ਼ਨ ਜਾਰੀ, ਦੇਖਦੇ ਹਾਂ ਤਾਂ ਮੌਤ ਦਾ ਕਾਰਨ ਕੀ ਆ, ਅਜੇ ਕੁਛ ਨਹੀਂ ਪ੍ਰਤੱਖ ਤੌਰ 'ਤੇ ਕੁਛ ਨਹੀਂ ਪਤਾ ਲੱਗ ਰਿਹਾ। ਕਿਸ ਤਰ੍ਹਾਂ ਦੇ ਨਿਸ਼ਾਨ ਨੇ? ਅਜੇ ਕੁਛ ਨਹੀਂ। ਕਿਸੇ ਤਰ੍ਹਾਂ ਦਾ ਮੋਟਰਸਾਈਕਲ ਨਾਲ ਕੀ ਸੀਗਾ? ਮੋਟਰਸਾਈਕਲ ਆ, ਇਹਦੀ ਟੁੱਟੀ ਹੋਈ ਨੰਬਰ ਪਲੇਟ ਬਸ ਵੈਰੀਫਾਈ ਕਰ। ਕਿੰਨੀ ਉਮਰ ਦਾ ਲੱਗਦਾ ਹੈ? ਅਜੇ ਕੁਛ ਨਹੀਂ ਕਹਿ ਸਕਦਾ, 27-28 ਸਾਲ ਵੀ ਹੋ ਸਕਦਾ, ਜੋ ਕੁਛ ਵੀ। ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਬਾਅਦ 'ਚ ਤੁਹਾਨੂੰ ਦੱਸ ਦਿਆਂਗੇ।